Kehel vinasam
ਤਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਾਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ ਸਤਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਸ਼੍ਰੀਮਤੀ ਸਤਿਆ ਦੇਵੀ ਜੀ ਸੁਮਨ, ਧਰਮ ਸੁਪਤਨੀ ਸ਼੍ਰੀਮਾਨ ਮਹਿਕਾ ਰਾਮ ਜੀ ਸੁਮਨ, ਉਹਨਾਂ ਦੇ ਨਿਮਿੱਤ ਅੰਤਿਮ ਅਰਦਾਸ ਵਿੱਚ ਇੱਥੇ ਇਕੱਤਰ ਹੋਏ ਹਨ। ਸ਼੍ਰੀਮਤੀ ਸਤਿਆ ਦੇਵੀ ਜੀ ਜਿਹੜੇ 22 ਫਰਵਰੀ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਸਨ, ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਅੱਜ ਇੱਥੇ ਇਸ ਅੰਤਿਮ ਅਰਦਾਸ ਦਾ, ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਹੈ। ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਸ਼੍ਰੀਮਾਨ ਮਹਿੰਗਾ ਰਾਮ ਜੀ ਜਿਹੜੇ ਕਰੀਬ 4 ਸਾਲ ਪਹਿਲਾਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਔਰ ਉਹਨਾਂ ਤੋਂ ਬਾਅਦ ਮਾਤਾ ਜੀ ਸ਼੍ਰੀਮਤੀ ਸਤਿਆ ਦੇਵੀ ਜੀ ਕੁਛ ਸਮਾਂ ਬਿਮਾਰ ਰਹਿਣ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਔਰ ਇਹ ਜੋ ਪਰਿਵਾਰ ਹੈ, ਸ਼੍ਰੀਮਾਨ ਨਾਰਾਇਣ ਦਾਸ ਜੀ ਦਾ ਪਰਿਵਾਰ ਹੈ, ਜਿਹੜੇ ਕਾਲਾ ਸਿੰਘਾਂ ਦੇ ਨੇੜੇ ਇੱਕ ਨਗਰ ਹੈ ਜੱਲੋਵਾਲ, ਉੱਥੋਂ ਇੱਥੇ ਬੂਟਾ ਮੰਡੀ ਵਿਖੇ ਆਏ, ਔਰ ਉਹਨਾਂ ਦੇ ਇੱਥੇ ਆ ਕੇ ਬੜੀ ਮਿਹਨਤ ਮੁਸ਼ੱਕਤ ਕਰਕੇ ਆਪਣੇ ਪਰਿਵਾਰ ਨੂੰ ਸਮਾਜ ਵਿੱਚ ਇੱਕ ਵਿਸ਼ੇਸ਼ ਥਾਂ ਲੈ ਕੇ ਦਿੱਤੀ। ਉਹਨਾਂ ਦੇ 3 ਸਾਹਿਬਜ਼ਾਦੇ ਸਭ ਤੋਂ ਵੱਡੇ ਸੇਠ ਮਹਿੰਗਾ ਰਾਮ ਜੀ, ਔਰ ਉਹਨਾਂ ਤੋਂ ਬਾਅਦ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਸੇਠ ਠਾਕੁਰ ਦਾਸ ਜੀ, ਅਤੇ ਸਾਰਿਆਂ ਤੋਂ ਛੋਟੇ ਚੌਧਰੀ ਰਾਮ ਆਸਰਾ ਜੀ, ਜਿਨ੍ਹਾਂ ਨੇ ਬੜੀ ਮਿਹਨਤ ਇਮਾਨਦਾਰੀ ਨਾਲ ਸਮਾਜ ਵਿੱਚ ਆਪਣਾ ਇੱਕ ਰੁਤਬਾ ਕਾਇਮ ਕੀਤਾ। ਔਰ ਇਹ ਪਰਿਵਾਰ ਬਹੁਤ ਸਧਾਰਨ ਲੈਵਲ ਤੋਂ ਉੱਠ ਕੇ ਵਪਾਰਕ ਖੇਤਰ ਵਿੱਚ, ਸਮਾਜਿਕ ਖੇਤਰ ਵਿੱਚ, ਰਾਜਨੀਤਿਕ ਖੇਤਰ ਵਿੱਚ ਇਹਨਾਂ ਨੇ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਹੈ। ਸੇਠ ਮਹਿੰਗਾ ਰਾਮ ਜੀ ਔਰ ਸੇਠ ਠਾਕੁਰ ਦਾਸ ਜੀ ਔਰ ਚੌਧਰੀ ਰਾਮ ਆਸਰਾ ਜੀ, ਇਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ, ਔਰ ਦੋਨਾਂ ਵੱਡੇ ਭਰਾਵਾਂ ਨੇ ਆਪਣੇ ਛੋਟੇ ਭਾਈ ਚੌਧਰੀ ਰਾਮ ਆਸਰਾ ਨੂੰ ਸਮਾਜ ਸੇਵਾ ਦੇ ਕੰਮ ਵੱਲ ਤੋਰਿਆ, ਔਰ ਦੋਹਾਂ ਭਰਾਵਾਂ ਨੇ ਉਹਨਾਂ ਦੀ ਡਟ ਕੇ ਮਦਦ ਕੀਤੀ, ਹਰ ਤਰ੍ਹਾਂ ਦੀ ਉਹਨਾਂ ਦੀ ਮਦਦ ਕੀਤੀ, ਔਰ ਹਰ ਪਰਿਵਾਰ ਉਸ ਪਰਿਵਾਰ ਦੇ ਨਾਲ ਅੱਜ ਤੱਕ ਉਸੇ ਤਰ੍ਹਾਂ ਇਹ ਦੋਨੇ ਪਰਿਵਾਰ ਖੜ੍ਹੇ ਹਨ। ਔਰ ਇਹਨਾਂ ਦੋਹਾਂ ਪਰਿਵਾਰਾਂ ਦੀ ਦੇਣ ਸੀ ਕਿ 1997 ਵਿੱਚ ਚੌਧਰੀ ਰਾਮ ਆਸਰਾ ਜੀ ਇੱਥੋਂ ਨਗਰ ਨਿਗਮ ਜਲੰਧਰ ਵਿਖੇ ਕੌਂਸਲਰ ਬਣੇ, ਔਰ ਉਹਨਾਂ ਤੋਂ ਬਾਅਦ ਲਗਾਤਾਰ ਭੈਣ ਜੀ 4 ਵਾਰ ਇੱਥੋਂ ਕੌਂਸਲਰ ਬਣੇ ਹਨ, ਔਰ ਅੱਜ ਉਹਨਾਂ ਨੂੰ ਇੱਥੇ ਜਲੰਧਰ ਵਿਖੇ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਪ੍ਰਾਪਤ ਹੋਇਆ ਹੈ। ਕਿ ਇਹਨਾਂ ਪਰਿਵਾਰਾਂ ਦਾ ਆਪਸ ਵਿੱਚ ਇਕੱਠ ਔਰ ਇੱਕ ਪਿਆਰ ਹੈ, ਔਰ ਸਮਾਜ ਨਾਲ ਇਹਨਾਂ ਦਾ ਵਿਸ਼ੇਸ਼ ਲਗਾਓ, ਜਿਸ ਕਰਕੇ ਇਹਨਾਂ ਨੇ ਇਸ ਮੰਜ਼ਿਲ ਨੂੰ, ਇਸ ਮਰਾਤਬੇ ਨੂੰ ਹਾਸਲ ਕੀਤਾ ਹੈ। ਸ਼੍ਰੀਮਤੀ ਸਤਿਆ ਦੇਵੀ ਜੀ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਸੰਸਕਾਰ ਦਿੱਤੇ, ਅੱਛੀ ਪੜ੍ਹਾਈ ਲਿਖਾਈ ਕਰਵਾਈ, ਔਰ ਉਹਨਾਂ ਨੂੰ ਸਮਾਜ ਵਿੱਚ ਵਿਸ਼ੇਸ਼ ਥਾਂ ਪ੍ਰਾਪਤ ਕਰਵਾ ਕੇ ਦਿੱਤੀ। ਸੋ ਅੱਜ ਆਪਾਂ ਸਾਰੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਇੱਥੇ ਇਕੱਤਰ ਹੋਏ ਹਾਂ। ਪ੍ਰੋਫੈਸਰ ਮੋਹਨ ਸਿੰਘ ਜੀ ਨੇ ਲਿਖਿਆ ਹੈ ਕਿ ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਮਾਂ ਇਹੋ ਜਿਹੀ ਹਸਤੀ ਹੈ ਜਿਸ ਦੇ ਕਦਮਾਂ ਵਿੱਚ ਸਵਰਗ ਹੈ,
ਸੋ ਉਹ ਮਾਤਾ ਇਸ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗਏ ਹਨ। ਮਾਤਾ ਹਮੇਸ਼ਾ ਨਾਲ ਰਹਿੰਦੀ ਹੈ, ਮਾਤਾ ਦਾ ਆਸ਼ੀਰਵਾਦ ਹਮੇਸ਼ਾ ਨਾਲ ਰਹਿੰਦਾ ਹੈ, ਸੋ ਉਹ ਆਪਣੇ ਪਰਿਵਾਰ ਦੇ ਨਾਲ ਹੈ। ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਉਸ ਪਿਛਲੀ ਆਤਮਾ ਨੂੰ ਸ਼ਰਧਾਂਜਲੀ ਦਿੰਦਾ ਹਾਂ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਉਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਸੋ ਸਭ ਤੋਂ ਪਹਿਲਾਂ ਸਾਡੇ ਦਰਮਿਆਨ ਸ਼੍ਰੀ ਸੁਸ਼ੀਲ ਰਿੰਕੂ ਜੀ, ਜਿਹੜੇ ਪੰਜਾਬ ਵਿਧਾਨ ਸਭਾ ਵਿੱਚ MLA ਹਨ, ਉਹਨਾਂ ਦਾ ਇਸ ਪਿਆਰ ਨਾਲ, ਸਭ ਪਰਿਵਾਰ ਨਾਲ ਬਹੁਤ ਪਿਆਰ ਹੈ। ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਚੰਦ ਸ਼ਬਦ ਮਾਤਾ ਜੀ ਨੂੰ ਸ਼ਰਧਾਂਜਲੀ ਵਜੋਂ ਕਹਿਣਗੇ ਸ਼੍ਰੀ ਸੁਸ਼ੀਲ ਰਿੰਕੂ ਜੀ। ਅਰਦਾਸ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਜੀ, ਸਾਹਿਬ ਜੀ ਨੂੰ ਜੀ, ਪਿਆਰੀ ਸਾਧ ਸੰਗਤ ਜੀਓ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਬੜੇ ਦੁੱਖ ਭਰੇ ਸਮੇਂ ਦੇ ਵਿੱਚ ਅਸੀਂ ਆਪਣੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ, ਮਾਤਾ ਸਤਿਆ ਦੇਵੀ ਜੀ ਨੂੰ ਸ਼ਰਧਾ ਸਮਰਪਿਤ ਕਰਨ ਲਈ ਇਕੱਠੇ ਹੋਏ ਹਾਂ। ਇਹ ਗੱਲ ਸੱਚ ਹੈ ਕਿ ਜੋ ਇਨਸਾਨ ਇਸ ਦੁਨੀਆਂ 'ਤੇ ਆਇਆ, ਉਹਨੇ ਇੱਕ ਨਾ ਇੱਕ ਦਿਨ ਇਸ ਦੁਨੀਆਂ ਤੋਂ ਜਾਣਾ। ਪਰ ਕੁਛ ਰੂਹਾਂ, ਕੁਛ ਪਰਿਵਾਰ ਇਹੋ ਜਿਹੇ ਸਮਾਜ ਦੇ ਉੱਤੇ ਹੁੰਦੇ ਆ ਜਿਹੜੇ ਆਪਣੇ ਬਿਤਾਏ ਹੋਏ ਸਮੇਂ, ਸਮਾਜ ਦੇ ਰੁਤਬੇ ਔਰ ਸਮਾਜ ਦੀ ਕੀਤੀ ਹੋਈ ਸੇਵਾ ਕਰਕੇ ਦੁਨੀਆਂ ਲਈ ਇੱਕ ਰੋਲ ਮਾਡਲ ਅਦਾ ਕਰਦੇ ਆ। ਉਹਨਾਂ ਵਿੱਚੋਂ ਸਾਡਾ ਸੁਮਨ ਪਰਿਵਾਰ ਇੱਕ, ਜਿਸ ਤਰ੍ਹਾਂ ਕਿ ਵੀਰ ਜੀ ਨੇ ਦੱਸਿਆ, ਪਰਿਵਾਰ ਦੇ ਨਾਲ ਬਹੁਤ ਪੁਰਾਣੀ ਸਾਂਝ ਮੇਰੇ ਪਿਤਾ ਜੀ ਔਰ ਸਵਰਗੀਏ ਚੌਧਰੀ ਰਾਮ ਆਸਰਾ ਜੀ, ਆਪਸ ਦੇ ਵਿੱਚ ਭਰਾਵਾਂ ਵਰਗਾ ਰਿਸ਼ਤਾ, ਔਰ ਮੈਨੂੰ ਵੀ ਅਕਸਰ ਪਰਿਵਾਰ ਦੇ ਨਾਲ ਵੇਲੇ ਵੇਲੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਦਾ ਸੀ। ਸਾਡੇ ਅੰਕਲ ਜੀ ਸਰਵਵਾਸੀ ਸ਼੍ਰੀ ਮਹਿੰਗਾ ਰਾਮ ਜੀ, ਜਿਹੜੇ ਕਿ ਇੱਕ ਬਹੁਤ ਹੀ ਸੂਝਵਾਨ ਔਰ ਦੂਰਦਰਸ਼ੀ ਸ਼ਖਸੀਅਤ ਦੇ ਮਾਲਕ ਸਨ, ਉਹਨਾਂ ਦੇ ਨਾਲ ਵਪਾਰਿਕ ਸਾਂਝਾ ਵੀ ਸਨ, ਪਰਿਵਾਰਿਕ ਸਾਂਝਾ ਵੀ ਸਨ, ਔਰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ। ਔਰ ਹਮੇਸ਼ਾ ਮੈਂ ਉਹਨਾਂ ਨੂੰ ਆਪਣੀ ਫੈਕਟਰੀ ਦੇ ਵਿੱਚ ਬਹੁਤ ਲੰਬੀ ਡਿਊਟੀ, ਬੜੀ ਮਿਹਨਤ ਕਰਦੇ ਦੇਖਿਆ। ਉਹਨਾਂ ਨੇ ਉਹੀ ਜਜ਼ਬਾ ਸਾਡੇ ਮਾਤਾ ਜੀ ਨੇ ਉਹੀ ਸ਼ਿਕਸ਼ਾ ਆਪਣੇ ਬੱਚਿਆਂ ਨੂੰ, ਸਾਡੇ ਭਾਜੀ ਰਜਿੰਦਰ ਜੀ, ਜਗਦੀਸ਼ ਜੀ, ਸੰਦੀਪ ਜੀ ਨੂੰ ਦਿੱਤੀ। ਔਰ ਅੱਜ ਦਾ ਜਿਹੜਾ ਦੌਰ ਆ, ਇਹਦੇ ਵਿੱਚ ਤੁਸੀਂ ਦੇਖੋ ਪਰਿਵਾਰਾਂ ਦੇ ਵਿੱਚ, ਇਹ ਸੱਚ ਹੈ ਕਿ ਪਰਿਵਾਰਾਂ ਦੇ ਵਿੱਚ ਸਾਡੇ ਆਪਸੀ ਪ੍ਰੇਮ ਪਿਆਰ ਦੀ ਜਿਹੜੀ ਭਾਵਨਾ, ਉਹਦੇ ਵਿੱਚ ਬੜੀ ਕਮੀ ਆਈ ਸਮੇਂ ਦੇ ਨਾਲ। ਅੱਜ ਕੱਲ੍ਹ ਜਿਉਂਦਿਆਂ ਨੂੰ ਕੋਈ ਨਹੀਂ ਪੁੱਛਦਾ, ਪਰ ਇਹ ਜੋ ਪਰਿਵਾਰ ਹੈ, ਇਹ ਮਿਸਾਲ ਹੈ ਦੁਨੀਆਂ ਦੇ ਉੱਤੇ ਕਿ ਚੌਧਰੀ ਰਾਮ ਆਸਰਾ ਜੀ, ਜਿਨ੍ਹਾਂ ਨੂੰ ਪਰਿਵਾਰ ਨੇ ਸਮਾਜ ਦੀ ਸੇਵਾ ਕਰਨ ਲਈ ਸਮਾਜ ਦੇ ਵਿੱਚ ਅੱਗੇ ਕੀਤਾ ਸੀ, ਉਹਨਾਂ ਦੇ ਜਾਣ ਮਗਰੋਂ ਸਾਡੇ ਮਾਤਾ ਜੀ ਬੈਠੇ, ਮੇਰੀ ਮਾਤਾ ਸਮਾਨ ਸਾਡੇ ਆਂਟੀ ਜੀ ਸੁਰਿੰਦਰ ਕੌਰ ਜੀ, ਕਰਨ ਹੈ ਉਹ ਸਾਰਾ ਪਰਿਵਾਰ, ਉਹਨਾਂ ਦੀ ਬਾਂਹ ਇਸੇ ਤਰ੍ਹਾਂ ਫੜ ਕੇ ਰੱਖੀ ਔਰ ਲਗਾਤਾਰ ਪਰਿਵਾਰ ਦੇ ਨਾਲ ਖੜੇ ਰਹੇ। ਔਰ ਅੱਜ ਇਸੇ ਪਿਆਰ ਸਦਕਾ ਕਾਂਗਰਸ ਪਾਰਟੀ ਦੇ ਵਿੱਚ ਪਰਿਵਾਰ ਦਾ ਬੜਾ ਵੱਡਾ ਰੁਤਬਾ, ਔਰ ਪਾਰਟੀ ਨੇ ਪਰਿਵਾਰ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਅੱਜ ਜਲੰਧਰ ਦੇ ਵਿੱਚ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਦੇ ਤੌਰ ਦੇ ਉੱਤੇ ਉਹਨਾਂ ਨੇ ਮਾਨ ਸਨਮਾਨ ਪੁੱਛਿਆ। ਇਹ ਸਭ ਪਰਿਵਾਰ ਦਾ, ਸੁਮਨ ਪਰਿਵਾਰ ਦਾ ਜੋ ਸਮਾਜ ਦੇ ਵਿੱਚ ਵਤੀਰਾ ਸੀ, ਸਮਾਜਿਕ ਵਤੀਰਾ, ਧਾਰਮਿਕ ਵਤੀਰਾ, ਰਾਜਨੀਤਿਕ ਵਤੀਰਾ, ਉਸ ਵਤੀਰੇ ਨੂੰ ਦੇਖਦੇ ਹੋਏ ਅੱਜ ਪਰਿਵਾਰ ਹੈ ਜੋ ਬੁਲੰਦੀਆਂ ਵਾਲੇ ਪਾਸੇ ਜਾ ਰਿਹਾ। ਸੋ ਮੈਂ ਸਮਝਦਾ ਕਿ ਇਹ ਸਾਰੀਆਂ ਸ਼ਿਕਸ਼ਾਵਾਂ ਸਾਨੂੰ ਸਾਡੇ ਬਜ਼ੁਰਗਾਂ ਤੋਂ, ਸਾਡੇ ਅੰਕਲ ਜੀ ਬੈਠੇ ਆ ਸਿਰ ਠੱਕਦਾ ਸੀ, ਜਿਹੜੇ ਇਸ ਵੇਲੇ ਇਸ ਪਵਿੱਤਰ ਸਥਾਨ ਦੀ ਬੜੀ ਵੱਡੀ ਸੇਵਾ ਨਿਭਾ ਰਹੇ ਆ, ਔਰ ਸਾਰਾ ਪਰਿਵਾਰ, ਸਾਰੇ ਬੱਚੇ, ਅਗਲੀ ਜਨਰੇਸ਼ਨ ਹੈ ਜੋ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ 'ਤੇ ਚੱਲ ਕੇ ਸਮਾਜ ਦੇ ਵਿੱਚ ਪਿਆਰ ਦੇ ਨਾਲ ਚੱਲ ਰਹੀ ਹੈ। ਸੋ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਉਸ ਪਿਛੜੀ ਹੋਈ ਮਹਾਨ ਆਤਮਾ ਦੇ ਚਰਨਾਂ ਨੂੰ ਸ਼ਰਧਾ ਸਮਰਪਿਤ ਭੇਟ ਕਰਦਾ, ਔਰ ਜਿਤਨੇ ਵੀ ਕੌਂਸਲਰ ਸਾਥੀ ਇੱਥੇ ਆਏ ਆ ਔਰ ਅੱਜ ਰੁਝੇਵੇਂ ਆ ਸਾਰਿਆਂ ਦੇ ਕੋਲ, ਪਰਿਵਾਰ ਦੇ ਨਾਲ ਮੇਰਾ ਖਿਆਲ ਹੈ ਕਿ
65 ਸਾਡੇ ਐਮਸੀ ਆ ਸਾਰਿਆਂ ਨੇ ਪਰਿਵਾਰ ਦੇ ਨਾਲ ਨਿੱਜੀ ਤੌਰ 'ਤੇ ਆ ਕੇ ਉਹਨਾਂ ਨੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ। ਔਰ ਥੋੜ੍ਹੀ ਦੇਰ ਪਹਿਲਾਂ ਹੀ ਮੇਰੇ ਸਾਥੀ ਵਿਧਾਇਕ ਬਾਬਾ ਹੈਨਰੀ ਜੀ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਹੈ। ਸੋ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਉਸ ਪਿਛੜੀ ਹੋਈ ਮਹਾਨ ਆਤਮਾ ਦੇ ਚਰਨਾਂ ਦੇ ਵਿੱਚ ਸ਼ਰਧਾ ਸੁਮਨ ਭੇਟ ਕਰਦਾ ਔਰ ਪਰਮ ਪਿਤਾ ਪਰਮਾਤਮਾ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਰਹੇ, ਆਉਣ ਵਾਲਾ ਸਮਾਂ ਪਰਿਵਾਰ ਦੇ ਲਈ ਹੋਰ ਵਧੀਆ ਖੁਸ਼ੀਆਂ ਭਰਿਆ ਹੱਥ ਰੱਖਣ। ਸੋ ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ। ਜੈ ਗੁਰਦੇਵ। ਧੰਨਵਾਦ ਸਾਹਿਬ। ਸਤਿਕਾਰਯੋਗ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਕਿ ਬਹੁਤ ਸਾਰੇ ਉਲਝੇਵੇਂ ਹਨ, ਉਹਨਾਂ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਹੁਣੇ ਹੁਣੇ ਚੌਧਰੀ ਸੁਖਲੋਕ ਸਿੰਘ ਜੀ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਜਲੰਧਰ ਤੋਂ, ਉਹ ਵੀ ਅੱਜ ਦੇ ਸਮਾਗਮ ਵਿੱਚ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਨ ਵਾਸਤੇ ਆਏ ਹਨ, ਉਹਨਾਂ ਦਾ ਵੀ ਧੰਨਵਾਦ ਹੈ। ਔਰ ਸ਼੍ਰੀ ਬਾਬਾ ਹੈਨਰੀ ਜੀ MLA ਜਲੰਧਰ ਨੌਰਥ, ਉਹ ਵੀ ਸੰਗਤ ਵਿੱਚ ਹੱਥ ਵੀ ਭਰ ਕੇ ਗਏ ਹਨ। ਔਰ ਸਰਦਾਰ ਤਜਿੰਦਰ ਸਿੰਘ ਬਿੱਟੂ ਐਕਸ ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ, ਔਰ ਸ਼੍ਰੀ ਜਗਦੀਸ਼ ਰਾਜ ਰਾਜਾ ਮੇਅਰ ਨਗਰ ਨਿਗਮ ਜਲੰਧਰ, ਸਰਦਾਰ ਹਰਸਿਮਰਨਜੀਤ ਸਿੰਘ ਬੰਟੀ ਡਿਪਟੀ ਮੇਅਰ ਨਗਰ ਨਿਗਮ ਜਲੰਧਰ, ਉਹ ਵੀ ਆਪਣੀ ਹਾਜ਼ਰੀ ਇਸ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਕੇ ਗਏ ਹਨ, ਗੁਰੂ ਘਰ ਵਿੱਚ ਹਾਜ਼ਰੀ ਲਗਵਾ ਕੇ ਗਏ ਹਨ। ਔਰ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸਰਦਾਰੀ ਲਾਲ ਜੀ ਸਾਬਕਾ ਕੌਂਸਲਰ, ਉਹਨਾਂ ਦਾ ਵੀ ਇਸ ਪਰਿਵਾਰ ਨਾਲ ਬਹੁਤ ਗੂੜਾ ਪਿਆਰ ਹੈ, ਬਹੁਤ ਲੰਬਾ ਸੰਬੰਧ ਹੈ। ਉਹ ਕਿਰਪਾ ਕਰਕੇ ਮਾਈਕ 'ਤੇ ਆਉਣ, ਚੰਦ ਸ਼ਬਦ ਸ਼ਰਧਾਂਜਲੀ ਵਜੋਂ ਆਸ਼ੀਰਵਾਦ ਸੰਦੋਖ ਕਹਿਣਗੇ ਬਹੁਤ ਸਤਿਕਾਰੀ ਲਾਲ ਜੀ। ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸ਼੍ਰੀ ਮਹਿੰਗਾ ਰਾਮ ਜੀ ਠਾਕੁਰਦਾਸ ਜੀ ਔਰ ਰਾਮ ਆਸਰਾ ਜੀ ਪਰਿਵਾਰ ਦੇ ਵਿੱਚੋਂ ਬਹੁਤ ਕਹਿ ਲਓ ਇੱਕ ਪਰਿਵਾਰ ਦੇ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਇਕੱਠਾ ਰੱਖ ਕੇ ਆਪਣਾ ਨਾਮ ਪੈਦਾ ਕੀਤਾ, ਉਹ ਅੱਜ ਸਾਡੇ ਕੋਲ ਉੱਚੜ ਗਏ। ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਅਸੀਂ ਸਾਰੇ ਆਏ। ਮੇਰਾ ਇਸ ਪਰਿਵਾਰ ਦੇ ਨਾਲ ਲਗਭਗ 40 ਸਾਲ ਜ਼ਿਆਦਾ ਹੀ ਅਰਸਾ ਕਹਿ ਲਓ ਗਿਆ ਮੇਰਾ ਸੰਬੰਧ ਰਹਿਣਾ, ਔਰ ਖਾਸ ਕਰਕੇ ਚੌਧਰੀ ਰਾਮ ਆਸਰਾ ਔਰ ਇਹਨਾਂ ਦਾ ਸਾਰਾ ਹੀ ਪਰਿਵਾਰ ਜਿੰਨਾ ਵੀ ਹੈ, ਉਹਨਾਂ ਦੇ ਨਾਲ ਜਦੋਂ ਕਦੇ ਬੈਠ ਕੇ ਮਿਲ ਕੇ ਗੱਲਬਾਤ ਹੁੰਦੀ ਸੀ ਤਾਂ ਅਸੀਂ ਸਮਝਦੇ ਸੀ। ਔਰ ਇਹ ਪਰਿਵਾਰ ਜਿਹੜਾ ਇੱਕ ਬਹੁਤ ਸੇਵਾਦਾਰ ਪਰਿਵਾਰ ਰਿਹਾ। ਕਈ ਵਾਰੀ ਮਹਿਸੂਸ ਹੁੰਦਾ ਕਿ ਆਦਮੀ ਜਦੋਂ ਚਲਾ ਜਾਏ ਉਦੋਂ ਉਹਦੀਆਂ ਛਾਈਆਂ ਮਹਿਸੂਸ ਹੁੰਦੀਆਂ। ਅੱਜ ਉਹ ਸਾਡੇ ਵਿੱਚ ਮੌਜੂਦ ਨਹੀਂ, ਪਰ ਉਹਨਾਂ ਦੇ ਪਰਿਵਾਰ ਨੇ ਜੋ ਆਪਣੇ ਕੌਮ ਵਾਸਤੇ ਆਪਣੇ ਦੇਸ਼ ਵਾਸਤੇ ਬਹੁਤ ਅੱਛੇ ਅੱਛੇ ਮਨੋਵੀ ਦਿਨ ਯਾਦ ਆ ਕਿ ਜਦੋਂ ਦਰਸ਼ਨ ਸਿੰਘ ਬੇਬੀ ਜੀ ਸ਼ਹਾਦਤ ਹੋਈ ਹੈ, ਸਭ ਤੋਂ ਪਹਿਲਾਂ ਰਾਮ ਆਸਰਾ ਜੀ ਇੱਕ ਏਪੀ ਮੈਂਬਰ ਖਾਤਾ ਜਿਹੜਾ ਸਾਰੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਸੀ ਤੇ ਮੈਨੂੰ ਸਰਦਾਰ ਸਰਨ ਸਿੰਘ ਕਹਿੰਦਾ ਲੈ ਬਈ ਇਹ ਨਾਮ ਪਾ ਗਿਆ, ਜੋ ਕੰਮ ਸਾਨੂੰ ਕਰਨਾ ਚਾਹੀਦਾ ਸਾਨੂੰ ਤੋਂ ਪਹਿਲਾਂ ਹੀ ਕਰ। ਗੱਲਾਂ ਕਈ ਜਿਹੜੀਆਂ ਨੇ ਐਸੀਆਂ
मैं ज़ाती तौर पर महसूस करता सारे लोग बहुत मेरे सज्जन बैठे मैं बूटा मंडी में शक्ल देखता शुरू तो और मैं कहते हैं अगर यह गल कही है कि शेड्यूल का खास करके जो पंजाब के लोग रह रहे हैं अगर कोई उन्होंने सेहत देने वास्ते गल करने वास्ते शुरू होती है तो वह बूटा मंडी च होती है बूटा मंडी वाले जो नेता ने आप मेरी गल जी लोग से महसूस करते हैं असं की करते हैं उन्होंने पता है गल एक सवाल बन जाता है और बहुत सारे यादा जड़िया ने कैम करके महसूस करता साढ़े इस इलाके की काउंसलर सीनियर डिप्टी मेयर और चौधरी जी की धर्मपत्नी
ਜਿਹੜਾ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ ਔਰ ਸੇਠ ਮਹਿੰਦਰ ਰਾਮ ਜੀ ਨੇ ਜਲੋਵਾਲ ਨਗਰ ਦਾ ਨਾਂ ਜਿਹੜਾ ਹੈ ਉਹਨੂੰ ਬੁਲੰਦੀਆਂ ਤੱਕ ਅੱਜ ਪਹੁੰਚਾਇਆ। ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਕਾਰੋਬਾਰ ਜਿਹੜਾ ਜਲੋਵਾਲ ਟੈਂਟਰੀ ਦੇ ਨਾਂ 'ਤੇ ਸ਼ੁਰੂ ਕੀਤਾ ਔਰ ਉਹਨਾਂ ਦੇ ਛੋਟੇ ਭਰਾ ਰਾਮ ਆਸਰਾ ਜੀ ਰਾਜਨੀਤੀ ਵਿੱਚ ਆਏ ਔਰ ਉਹਨਾਂ ਦੀ ਧਰਮ ਪਤਨੀ ਸੁਰਿੰਦਰ ਕੌਰ ਜੀ ਜਦੋਂ ਮੈਂ ਬੈਠ ਸੀ ਮੇਰੇ ਨਾਲ ਕੌਂਸਲਰ ਵੀ ਸੀ। ਅੱਜ ਮਾਣ ਦੀ ਗੱਲ ਹੈ ਕਿ ਉਹ ਨਗਰ ਨਿਗਮ ਦੇ ਵਿੱਚ ਬਤੌਰ ਸੀਨੀਅਰ ਸਿਟੀ ਸੀਨੀਅਰ ਡਿਪਟੀ ਮੇਅਰ ਉਹ ਆਪਣਾ ਸਮਾਜ ਦੀ ਸੇਵਾ ਕਰਨ ਲਈ ਅੱਗੇ ਆਏ। ਤੋ ਮੈਂ ਇਹ ਬੇਨਤੀ ਕਰਾਂਗਾ ਕਿ ਇਹ ਜਿਹੜਾ ਮੌਕਾ ਆ ਸਮਾਜ ਦੀ ਸੇਵਾ ਕਰਨ ਦਾ ਹਰ ਕਿਸੇ ਵਿਅਕਤੀ ਨੂੰ ਨਹੀਂ ਮਿਲਦਾ। ਜਲੰਧਰ ਦੀ ਜਿਹੜੀ ਆਬਾਦੀ ਆ ਉਹ ਲੱਖਾਂ ਦੇ ਵਿੱਚ ਆ ਔਰ ਉਹਨਾਂ ਲੱਖਾਂ ਵਿੱਚੋਂ ਇਹ ਜਿਹੜੀ ਸੇਵਾ ਕਰਨ ਦਾ ਮੌਕਾ ਚੰਦ ਲੋਕਾਂ ਨੂੰ ਮਿਲਦਾ। ਤੋ ਮੇਰੀ ਇਹ ਸਤਿਗੁਰੂ ਅਰਦਾਸ ਮਹਾਰਾਜ ਦੀ ਮੌਜੂਦਗੀ ਵਿੱਚ ਬੇਨਤੀ ਆ ਕਿ ਜਿਸ ਨੂੰ ਵੀ ਇਹ ਸੇਵਾ ਮਿਲੇ ਆਪਣਾ ਜਿਹੜਾ ਸਮਾਜ ਪਿੱਛੇ ਰਹਿ ਗਿਆ ਹੈ ਉਸਦਾ ਜੀਵਨ ਪੱਧਰ ਉੱਚਾ ਚੱਕਣ ਦੇ ਲਈ ਆਪਣੇ ਯਤਨ ਕਰਨੇ ਚਾਹੀਦੇ। ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ। ਅਗਰ ਅੱਜ ਰਾਮ ਆਸਰਾ ਜੀ ਦੀ ਗੱਲ ਹੋ ਰਹੀ ਹੈ ਸਾਡੇ ਸਤਿਕਾਰਯੋਗ ਸੁਰਿੰਦਰ ਕੌਰ ਜੀ ਦੀ ਗੱਲ ਹੋ ਰਹੀ ਹੈ ਠਾਕੁਰ ਦਾਸ ਸੁਮਨ ਜੀ ਬੈਠੇ ਆ ਉਹਨਾਂ ਨੂੰ ਇਸ ਗੁਰੂ ਘਰ ਦੀ ਸੇਵਾ ਦਾ ਮੌਕਾ ਮਿਲਿਆ ਇਹ ਸਤਿਗੁਰੂ ਅਰਦਾਸ ਮਹਾਰਾਜ ਦੀ ਕਿਰਪਾ ਹੈ। ਉਹ ਅੱਜ ਸਾਡੇ ਭੈਣ ਸੱਤਿਆ ਦੇਵੀ ਜੀ ਨੂੰ ਜਿੱਥੇ ਅੱਜ ਆਪਾਂ ਸੱਚੀ ਸ਼ਰਧਾਂਜਲੀ ਭੇਟ ਕਰ ਲਈ ਆਏ ਹਾਂ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਇਸ ਪਰਿਵਾਰ ਨੇ ਮਿਹਨਤ ਕਰਕੇ ਆਪਣਾ ਜੀਵਨ ਪੱਧਰ ਉੱਪਰ ਚੱਕਿਆ ਅਤੇ ਉੱਥੇ ਸਮਾਜ ਦੀ ਵੀ ਇਹ ਬਹੁਤ ਵੱਡੇ ਪੱਧਰ 'ਤੇ ਸੇਵਾ ਕਰ ਰਹੇ ਆ ਇਹਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ। ਉਹ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਸੱਤਿਆ ਭੈਣ ਜੀ ਔਰ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਅੱਜ ਇੱਕ ਜੁੱਟ ਆ ਉਹਦੇ ਵਿੱਚ ਸਾਡੇ ਬਹੁਤ ਸਤਿਕਾਰ ਜੋ ਬੈਠੇ ਆ ਠਾਕੁਰ ਦਾਸ ਸੁਮਨ ਜੀ ਇਹਨਾਂ ਦਾ ਬਹੁਤ ਵੱਡਾ ਮੈਂ ਆਪਣੇ ਵੱਲੋਂ ਉਸ ਪਿਛਲੀ ਆਤਮਾ ਦੇ ਚਰਨਾਂ ਵਿੱਚ ਸ਼ਰਧਾ ਸੁਮਨ ਭੇਟ ਕਰਦਾ ਆਸ ਕਰਦਾ ਸਤਿਗੁਰੂ ਅਰਦਾਸ ਮਹਾਰਾਜ ਜੀ ਉਸ ਪਿਛਲੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਵਸ ਦੇ। ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦਾਸ ਸ਼੍ਰੀ ਸੁਰਿੰਦਰ ਬਹੇ ਜੀ ਐਕਸ ਮੇਅਰ ਨਗਰ ਨਿਗਮ ਜਲੰਧਰ ਉਹ ਸ਼ਰਧਾਂਜਲੀ ਭੇਟ ਕਰ ਰਹੇ ਸਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਮੈਂ ਬੇਨਤੀ ਕੀਤੀ ਸੀ ਸ਼੍ਰੀ ਬਲਰਾਜ ਠਾਕੁਰ ਜੀ ਉਹਨਾਂ ਦਾ ਵੀ ਇਸ ਪਰਿਵਾਰ ਨਾਲ ਬਹੁਤ ਨੇੜਲਾ ਸੰਬੰਧ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਬਾਕੀ ਜਿਹੜੇ ਬੁਲਾਰੇ ਹਨ ਉਹਨਾਂ ਨੂੰ ਸਮਾਂ ਦਿਓ। ਇਸੇ ਤਰ੍ਹਾਂ ਸ਼੍ਰੀ ਨਾਨਕ ਸ਼ਰਮਾ ਜੀ ਉਹ ਵੀ ਇਸ ਪਰਿਵਾਰ ਦੇ ਬਹੁਤ ਨੇੜੇ ਹਨ ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਸੀ ਉਹਨਾਂ ਨੇ ਵੀ ਮੈਨੂੰ ਇਹੀ ਹੁਕਮ ਕੀਤਾ ਹੈ। ਅਤੇ ਮੈਂ ਹੁਣ ਬੇਨਤੀ ਕਰਾਂਗਾ ਸ਼੍ਰੀ ਦੀਪਕ ਬਾਲੀ ਜੀ ਜੋ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ ਦੇ ਜਨਰਲ ਸਕੱਤਰ ਹਨ ਪੰਜਾਬ ਜਾਗਰਤੀ ਮੰਚ ਦੇ ਸਕੱਤਰ ਹਨ ਉਹ ਕਿਰਪਾ ਕਰਕੇ ਮਾਈਕ ਤੇ ਆਉਣ ਚੰਦ ਸ਼ਬਦ ਸ਼ਰਧਾਂਜਲੀ ਕਹਿਣ ਸ਼੍ਰੀ ਦੀਪਕ ਬਾਲੀ ਜੀ। ਅੰਮ੍ਰਿਤ ਬਾਣੀ ਦਾ ਉਹ ਟਾਸਾ ਲਈ ਬੈਠੀ ਸਾਧ ਸੰਗਤ ਅੱਜ ਦੀ ਇਕੱਤਰਤਾ ਬੇਹੱਦ ਦੁਖਦ ਔਰ ਕਾਰਨ ਅੰਦਰ ਆਪ ਸਭ ਜਾਣਦੇ ਹੋ ਕਿ ਮਾਤਾ ਸੱਤਿਆ ਦੇਵੀ ਜੀ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਸਵਰਗ ਸਧਾਰੇ। ਇਸ ਪਰਿਵਾਰ ਦਾ ਸਮਾਜ ਵਿੱਚ ਕੀ ਰੁਤਬਾ ਆ ਜਾਂ ਕੀ ਯੋਗਦਾਨ ਆ ਕੀ ਦੇਣ ਆ ਇਸ ਗੱਲ ਦੀ ਉਦਾਹਰਣ ਇੱਥੇ ਹਾਜ਼ਰ ਮੁਅੱਜ਼ਜ਼ ਸ਼ਖਸੀਅਤਾਂ ਆਪਣੇ ਆਪ 'ਚ ਕਿ ਕਿਸ ਤਰ੍ਹਾਂ ਸਿਆਸੀ ਸਮਾਜਿਕ ਧਾਰਮਿਕ ਸਮਾਜ ਦੇ ਹਰ ਅੰਗ 'ਚੋਂ ਲੋਕ ਅੱਜ ਇਸ ਪਰਿਵਾਰ ਨਾਲ ਦੁੱਖ ਵਟਾਉਣ ਲਈ ਆਏ ਨੇ। ਸੋ ਇਹੀ ਪ੍ਰਾਪਤੀ ਧੰਨ ਵਿਅਕਤੀ ਦੇ ਆਪਣੇ ਕੋਲ ਹੁੰਦਾ
लेकिन समाज के किन्ने परोपकारी हैं किन्ने चंगे हैं इस गल का जरा प्रत्यक्ष प्रमाण अज इस हाल में सानू मिलता। बाकी इस परिवार की तरक्की बारे उहदी इक उदाहरण जदों मैं इस अज की शोक सभा का कार्ड देखिया मोदे विच देखिया कि किस तरह देवर देवराणी पुत्र मोहा सब तरह के नाम पढ़ के मैं बड़ी एक बहुत चंगा अनुभव होया कि जो परिवार तरक्की करते हैं तो वह इस करके करते हैं कि वह इकट्ठे रहते हैं, क्योंकि अक्सर कहा जाता है कि जो तुम तेज दौड़ना तो इकल्ले दौड़ो, जो लंबा दौड़ना तो इकट्ठे दौड़ो। सो यह परिवार अज साडे लिए एक उदाहरण है, खास तौर पर अज के समय च एक दराणी ने अखा च भैन वाले हंझू देख के बहुत चंगा लग्या कि अज भी ऐसे परिवार हैगे आ। जो मैं उन्होंने मिलया उन्होंने अखा जो हंझू देखे मैं उन्होंने जठाणी नहीं भैन का दुख दिसिया, उन्होंने गल्ला उन्होंने गल्ला जो हौके दिसे उन्होंने एक भैन का वियोग दिसिया। सो ये तड़प साडे अंदर होनी चाहिए आ अपने परिवारों के लिए अपने समाज के लिए। बाकी जिहड़ा शरीर आ ढांचा मनुख का ये आप सिखदा, लेकिन जिहड़ी अंदरली रूह आ वह मां सिखदी। सो मां की फरमाणी इन्हां पुत्र नोहा के रूप च आ साडे कोल है। और मैं अपनी गल नूं बहुत लंबी ना करता होया अपने वीरां नूं यही कहांगा कि अपने सो अज दी इस शोक सभा च मैं अरदास करदा कि महाराज माता जी नूं अपने चरणा च नवास बख्शे। धन्नवाद बाली जी। ओ स्वर्गीय माता जी श्रद्धा सुमन पेश कर रहे सन, उन्हां दा बहुत बहुत धन्नवाद है। सो अज दी इस शोक सभा विच श्री निर्मल सिंह निम्मा जी काउंसलर और श्री पत्रकार खेतर जी काउंसलर, श्री अनमोल ग्रोवर जी जो श्री शरवण ग्रोवर जी के सपुत्र हैं, और श्री योगेश मल्होत्रा जी, श्री अमित विशु जी, आप सारिया का बहुत बहुत धन्यवाद है। श्री राजेश पारी जी, बाबा गुरभेज सिंह जी, श्री मनासी दास जी, कैप्टन गुरनाम सिंह जी, डॉक्टर वरिंदर जी, डॉक्टर ओम प्रकाश जी, श्री वरिंदर हांडा जी, श्री धर्मेंद्र हांडा जी, श्री श्याम लाल जी, माटू सिंह जी और प्रभदयाल जी और वीरेश मिट्टू जी काउंसलर, आप सारिया का बहुत बहुत धन्यवाद है। तो मैं बहुत ही निम्रता सहित बेनती कराँगा चौधरी संतोख सिंह जी जो मैंबर पार्लीमेंट हैं लोकसभा हल्का जलंधर तो, और उन्होंने इस परिवार नाल बहुत बहुत निघा संबंध है, वो कृपा करके माइक ते आउण चंद शब्द श्रद्धांजलि वजो आशीर्वाद वजो कह चौधरी संतोख सिंह।
जिंदगी एक किताब है और किताब का अखीरला पन्ना है वो मौत है। ये चारक ने नगर है। सो माता सत्या देवी जी अपनी सुसारक की करके गए पर एक ऐसे परिवार चो गए इन्होंने ठाकरदास जी बैठे सेठ ठाकरदास जी महंगा राम जी राम आसरा जी और इन्होंने पिता तिना ने बड़े ही सिंपल बड़े ही मेहनती उन्होंने जिंदगी संघर्ष किया और इन्होंने तिना इस कारोबार च पाया। मेरा बड़ा लंबा समय तो परिवार का संबंध है, वैसे तो फैमिली का ही संबंध से मेरे वालद और वालद का। 1970 जनता की सरकार बनी तो उस बाद अपने संजय गांधी जिंदा सन और उन्होंने पंजाब में नवी यूथ कांग्रेस बनाई जिसे मैं पंजाब का वाइस सूबा यूथ कांग्रेस। तो क्योंकि समय बहुत पार्टी वास्ते संघर्षमय सी चारों तरफ मुकदमे कांग्रेसियों के होंगे सब कुछ होंगे तो उस वक्त जो असी देखिए कि जलंधर का सिस्टम कितना बनाइए तो उस वक्त मेरी नज़र राम आसरा जी से गई। राम आसरा जी ने मैं उकसाया कि तू यूथ मूवमेंट च आ। इधरले पासे ठाकरदास जी का होता सी जरा सामने पासे महंगा राम जी का आदत आला सी उत्थे छोटे कमरे च मैं अक्सर आता और उसनू प्रमोट किया सियासत पर राम आसरे। पर उस वक्त मैं महसूस किया कि जेडे सिर्फ महंगा राम उन्होंने जेडे विचार से वो बड़े असारू और बड़े डायनेमिक विचार होंगे सी रिगार्डिंग इंडस्ट्री। जदों भी आता सी मैं वो इंडस्ट्री की गल करते और अपनी टाइमली की प्लान हो सारा कुछ और लैदर ट्रेड है जरा ये बारे बड़ा विस्तार के नाम डिस्कस करते थे। तो मैं महसूस करता सी कि सिर्फ महंगा राम बहुत नॉलेज है लैदर ट्रेड ट्रेड का और जिस तरह सुरिंदर ने दसिया कि टैनरी जलो और टैनरी लगाई मैं कई दफा उत्थे देखण गया कि किस तरह टैनरी होंगी है की होंगे किस तरह होंगे। सो परिवार ने बहुत मैं समझता कि संघर्ष करके लैदर इंडस्ट्री च अपना एक नाम वड्डा नाम कायम किया और उसके नाल अध्यात्मक खेत्र में भी वड्डा नाम किया। गुरुदास जी का जन्म छुट्टा मंडी च मशहूर है संदर में इतने लगती स्टेज इन्हों की उत्तर जजोवाल लगती से मैं इतने भी आना उत्थे भी जाना वो भी बहुत बड़ी स्टेज है। सो मेरा कहने का भाव है कि अध्यात्मक खेत्र में भी गुरु रविदास जी ने नाम बाणी के प्रसार करने में भी बहुत बड़ा योगदान इन्होंने पाया। ये सारिया गलत हुई है क्योंकि वो ही फैमिली अगे बढ़ती है जिस फैमिली दहिलावान होंगे वो भी सूझवान होंगे। हर एक इंसान के पिछे जी वड्डी ताकत एनर्जी वो वाइफ होंगी जिंदगी अपने अंग्रेजी में वाइफ बैटर हाफ कहा जाता बैटर हाफ मतलब जिंदगी का बैटर हिस्सा जाए बेहतर हिस्सा जाए वो वाइफ में कहा जाता है। इसी करके कहा जाता है कि जी वाइफ होंगी पत्नी होंगी सही महीने वो एक ऊर्जा होंगी शक्ति होंगी ताकत होंगी एक इंस्पिरेशन होंगी। सो मैं समझता कि महंगा राम जी की जी
ਜਿਹੜੀ ਉਹਨਾਂ ਨੇ ਆਪਣਾ ਨਾਮ ਉੱਚਾ ਕੀਤਾ, ਜਿਹੜੀਆਂ ਬੜੀਆਂ ਬੜਾ ਮੋਟੀਆਂ ਇੰਡਸਟਰੀ ਦੇ ਅੰਦਰ, ਉਸ ਦੇ ਪਿੱਛੇ ਇਹਨਾਂ ਦੀ ਮਦਦ ਦਾ ਬੱਚਿਆਂ ਦੀ ਬੱਚਿਆਂ ਦੇ ਵੀ ਜਿਹੜਾ ਬਹੁਤ ਵੱਡਾ ਹੱਥ ਸੀਗਾ। ਔਰ ਉਸ ਤੋਂ ਬਾਅਦ ਮੈਂ ਸਮਝਦਾ ਕਿ ਰਾਮਾ ਸਾਹਿਬ ਜੀ ਫਿਰ ਕੌਂਸਲਰ ਬਣੇ, ਹਲਕਾ ਇੱਕ ਸੀ ਸੁਰਿੰਦਰ ਮਹਿਰਾ, ਫਿਰ ਉਹਨਾਂ ਨੂੰ ਮੌਕਾ ਦਿੱਤਾ, ਉਹ ਬਣੇ। ਉਹਨਾਂ ਨੇ ਬੜੀ ਡਿਵੈਲਪਮੈਂਟ ਕੀਤੀ। ਹੁਣ ਵੀ ਮੈਂ ਜਦੋਂ ਜਾਂਦਾ ਜਿਹੜੇ ਉਹਨਾਂ ਦੇ ਪੁਰਾਣੇ ਏਰੀਏ, ਉੱਥੇ ਮੈਨੂੰ ਇਹੀ ਰੋਕ ਕੇ ਕਹਿੰਦੇ ਸੀ ਰਾਮ ਆਸਰੇ, ਚੌਧਰੀ ਰਾਮ ਆਸਰੇ ਨੇ ਸਾਡੇ ਆਹ ਕੀਤਾ, ਆਹ ਕੀਤਾ, ਆਹ ਕੀਤਾ। ਸੋ ਬਹੁਤ ਉਹਨੀ ਲਗਨ ਦੇ ਨਾਲ ਮਹਿੰਦੀ, ਪਰ ਥੋੜ੍ਹੀ ਸਮੇਂ 'ਚ ਹੀ ਉਹ ਵੀ ਚਲੇ ਗਏ। ਵਿਲ ਪਾਵਰ ਬੜੀ ਸੀ, ਲੱਤ ਕੱਟੀ ਹੋਰ ਕਈ ਕੁਛ ਕੀਤਾ, ਪਰ ਬੜੀ ਸਟਰੋਂਗ ਵਿਲ ਪਾਵਰ ਸੀ। ਪਰ ਸਮਾਂ ਸੀ ਉਹਨਾਂ ਦਾ ਜਿੰਨਾ ਚਲੇ ਗਏ, ਪਰ ਉਹਨਾਂ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਸੁਰਿੰਦਰ ਕੌਰ, ਉਸਨੇ ਬੜੀ ਮਿਹਨਤ ਕੀਤੀ। ਔਰ ਅੱਜ ਸੀਨੀਅਰ ਡਿਪਟੀ ਮੇਅਰ, ਮੈਂ ਸਮਝਦਾ ਕਿ ਪੰਜਾਬ ਦੇ ਵੱਡੇ 3 ਜਾਂ 4 ਸ਼ਹਿਰ ਹੈ ਜਿਹੜੇ, ਔਰ ਜਲੰਧਰ ਸ਼ਹਿਰ ਨੂੰ ਅਸੀਂ ਸਮਾਰਟ ਸਿਟੀ ਬਣਾਉਣ ਜਾ ਰਹੇ ਹਾਂ, ਬਹੁਤ ਵੱਡਾ ਇੱਕ ਪ੍ਰੋਜੈਕਟ ਅਸੀਂ ਇੱਥੇ ਇੰਪਲੀਮੈਂਟ ਕਰਨ ਜਾ ਰਹੇ ਹਾਂ। ਸੋ ਉਸ ਕਾਰਪੋਰੇਸ਼ਨ ਦੀ ਸੁਰਿੰਦਰ ਕੌਰ ਆਪਣੀ ਕਾਬਲੀਅਤ ਨਾਲ, ਇਸ ਪਰਿਵਾਰ ਦੀ ਸਪੋਰਟ ਨਾਲ, ਸਭ ਤੋਂ ਵੱਡੀ ਅੱਜ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਹੈ, ਅਤੇ ਇਹ ਪਰਿਵਾਰ ਦੀ ਜਿਹੜੀ ਸ਼ਕਤੀ ਹੈ, ਰਾਗਰ ਦਾਸ ਉਹਨਾਂ ਦਾ ਆਸ਼ੀਰਵਾਦ, ਦੂਸਰਿਆਂ ਸਾਰਿਆਂ ਬੱਚਿਆਂ ਰਜਿੰਦਰ ਸਾਰੇ ਸਾਰਿਆਂ ਦਾ ਇਕੱਠ, ਉਸਦੇ ਕਾਰਨ ਹੀ ਅੱਜ ਇਹ ਇੰਨੀ ਵੱਡੀ ਤਾਕਤ ਜਿਹੜੀ ਹੈ ਸੁਰਿੰਦਰ ਕੌਰ ਮਿਲੀ ਹੈ। ਮੈਂ ਸਮਝਦਾ ਕਿ ਸੱਤਿਆ ਦੇ ਵੀ ਜੀ ਚਲੇ ਗਏ, ਪਰ ਪਰਿਵਾਰਕ ਸਿਸਟਮ ਵਿੱਚ ਬੜਾ ਘੱਟ ਪਿਆ, ਖਾਸ ਕਰਕੇ ਉਹਦੇ ਬੇਟਿਆਂ ਨੂੰ, ਦੋਨੋਂ ਬੇਟੀਆਂ ਨੂੰ ਘੱਟ ਪਿਆ। ਕਿਉਂ? ਕਿਉਂਕਿ ਪਰਮਾਤਮਾ ਕਿਸੇ ਦੇਖਿਆ ਨਹੀਂ, ਮੇਰਾ ਖਿਆਲ ਕਿਸੇ ਨੇ ਤੁਸੀਂ ਆਪਾਂ ਪਰਮਾਤਮਾ ਨੇ ਦੇਖਿਆ, ਅਸੀਂ ਗ੍ਰੰਥਾਂ 'ਚ ਪੜ੍ਹਦੇ ਜਾਂ ਉਹਨੂੰ ਸਪਿਰਿਚੁਅਲੀ ਭਗਤੀ ਕਰਕੇ ਮਹਿਸੂਸ ਕਰਨ ਦਾ ਯਤਨ ਕਰਦੇ ਹਾਂ, ਪਰ ਕਿਸੇ ਨੇ ਦੇਖਿਆ ਨਹੀਂ। ਪਰ ਜਿਹੜੀ ਮਾਂ ਹੈ ਉਹ ਸਾਕਸ਼ਾਤ ਪਰਮਾਤਮਾ ਦਾ ਰੂਪ ਹੈ, ਪਰਮਾਤਮਾ ਹੀ ਹੈ, ਰੂਪ ਹੀ ਨਹੀਂ। ਸਹੀ ਮਾਇਨੇ ਜਿਹੜੀ ਮਾਂ ਹੈ ਉਹ ਪਰਮਾਤਮਾ, ਜਿਹੜੀ 9 ਮਹੀਨੇ ਆਪਣੀ ਭੁੱਖ ਵਿੱਚ ਬੱਚੇ ਨੂੰ ਰੱਖ ਕੇ ਉਸਨੂੰ ਜਨਮ ਦਿੰਦੀ, ਔਰ ਫਿਰ ਉਸਨੂੰ ਇਸ ਸਮਰੱਥ ਬਣਾਉਂਦੀ ਆਪਣੇ ਸੰਸਕਾਰ ਦੇ ਕੇ ਕਿ ਇਸ ਧਰਤੀ 'ਤੇ ਉਹ ਵਿਚਰ ਸਕੇ, ਤਾਂ ਸਹੀ ਮਾਇਨੇ ਜਿਹੜੀ ਮਾਂ ਹੁੰਦੀ ਉਹ ਪਰਮਾਤਮਾ ਹੁੰਦੀ ਹੈ। ਸੋ ਜਦੋਂ ਮਾਂ ਜਾਂਦੀ ਤਾਂ ਸਮਝੋ ਪਰਮਾਤਮਾ ਚਲੇ ਗਏ, ਜਿੱਦਾਂ ਨਹੀਂ ਕਹਿ ਸਕਾਂ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ, ਮਾਂ ਜਾ ਕੇ ਛਾਵਾਂ ਬੂਟਾ ਇਤਨੀ ਨਜ਼ਰ ਨਾ ਆਵੇ, ਇਸ ਤੋਂ ਲੈ ਕੇ ਸ਼ਾਹ ਰੱਬ ਨੇ ਸਵਰਗ ਬਣਾਏ। ਮਾਂ ਇੱਕ ਸਵਰਗ ਵੀ ਹੈ, ਮਾਂ ਇੱਕ ਸ਼ਕਤੀ ਵੀ ਹੈ, ਮਾਂ ਇੱਕ ਪਰਮਾਤਮਾ ਵੀ ਹੈ। ਹਰ ਚੀਜ਼ ਜਿਹੜੀ ਹੈ ਉਹ ਤੁਸੀਂ ਮਾਂ 'ਚ ਮਹਿਸੂਸ ਕਰ ਸਕਦੇ। ਸੋ ਅੱਜ ਸੱਤਿਆ ਦੇਵੀ ਜੀ ਗਏ, ਮੈਂ ਸਮਝਦਾ ਕਿ ਬੱਚਿਆਂ ਨੂੰ ਬਹੁਤ ਘਾਟਾ ਪਿਆ, ਔਰ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ, ਕਿਉਂਕਿ ਇੱਕ ਨਵੇਕਲਾ ਪਰਿਵਾਰ ਹੈ ਜਿਹਦੇ ਵਿੱਚ ਐਨ ਪੂਰੀ ਇਕੱਠ ਹੈ, ਔਰ ਸਾਰੇ ਇਕੱਠੇ ਹੋ ਕੇ ਇੰਡਸਟਰੀ ਵਿੱਚ ਵੀ, ਸਮਾਜਿਕ ਤੌਰ 'ਤੇ ਵੀ, ਔਰ ਅਧਿਆਤਮਿਕ ਤੌਰ 'ਤੇ ਵੀ ਇਕੱਠੇ ਹੋ ਕੇ ਵੇਚ ਸਕਦੇ ਹੈ। ਸੋ ਮੈਂ ਉਸ ਵਿਛੜੀ ਹੋਏ ਰੂਹ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਪੇਂਟ ਕਰਦਾ, ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਜੇ, ਔਰ ਪਰਿਵਾਰ ਨੂੰ ਸ਼ਕਤੀ ਮਿਲੇ ਕਿ ਉਹਨਾਂ ਦੀਆਂ ਦੱਸੀਆਂ ਹੋਈਆਂ ਪੈੜਾਂ 'ਤੇ ਉਹਨਾਂ ਦੇ ਦਿੱਤੇ ਹੋਏ ਸੰਸਕਾਰ ਮਿਲੇ, ਉਹਨਾਂ ਨੂੰ ਬੱਚੇ ਅੱਗੇ ਕੈਰੀ ਕਰਦੇ ਹੋਏ ਜ਼ਿੰਦਗੀ ਦੀਆਂ ਬੁਲੰਦੀਆਂ 'ਤੇ ਪਹੁੰਚਣ, ਜ਼ਿੰਦਗੀ ਦੀਆਂ ਉੱਚਾਈਆਂ 'ਤੇ ਪਹੁੰਚਣ। ਸੋ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਪੰਜਾਬ ਸਰਕਾਰ ਵੱਲੋਂ, ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ, ਮੈਂ ਉਹਨਾਂ ਦੇ ਚਰਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਦਾ, ਔਰ ਮੈਨੂੰ ਸੁਰਿੰਦਰ ਕੌਰ ਉਹਨੇ ਹੁਕਮ ਕਰਕੇ ਗਏ ਕਿ ਪਰਿਵਾਰ ਵੱਲੋਂ ਤੁਸੀਂ ਧੰਨਵਾਦ ਜ਼ਰੂਰ ਕਹਿ ਦਿਓ। ਸੋ ਮੈਂ ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਅਤਿ ਧੰਨਵਾਦ ਕਰਦਾ ਕਿ ਜਿਹਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਆ ਕੇ ਪਰਿਵਾਰ ਦੇ ਨਾਲ ਖੜ੍ਹੇ ਹੋਏ, ਔਰ ਪਰਿਵਾਰ ਵੱਲੋਂ ਤੁਹਾਨੂੰ ਆਸ਼ਵਾਸਨ ਦਿਵਾਉਣਾ ਕਿ ਜਿਹੜੇ ਇਹਨਾਂ ਦੇ ਇਹਨਾਂ ਨੂੰ ਵਿਰਾਸਤ ਮਿਲੀ ਹੈ ਇਹਨਾਂ ਦੇ ਬਜ਼ੁਰਗਾਂ ਵੱਲੋਂ, ਔਰ ਜਿਹੜਾ ਕੰਮ ਚਾਹੇ ਰਾਮ ਆਸਰਾ ਜੀ ਕਰ ਗਏ, ਮਹਿੰਗਾ ਰਾਮ ਜੀ ਕਰ ਗਏ, ਪਰਿਵਾਰ
इसे तरह समाज की भी सेवा करेगा और अध्यात्मक ठाकुर दास जी इस पवित्र स्थान के मुखी है और अध्यात्मक तौर पर भी समाजिक तौर पर सियासी तौर पर भी इस तरह मेहनत करके समाज की सेवा करता रहेगा। एक परिवार वालों मैं तो विश्वास देता इन शब्दों के नाम पर बहुत बहुत धन्यवाद। जय गुरुदास महाराज। बहुत ही सत्कार चौधरी संतोख सिंह जी मैंबर पार्लीमेंट लोकसभा हल्का जलंधर उन्होंने सत्कार है क्योंकि उन्होंने जल्दी जाना सी इस करके हो सकता बहुत सारे बुलाया का नाम रह गया होवे उन्होंने पासों मैं माई अर्चना करांगा। और थोड़े दिन पहला मैं एक विद्वान नाल फोन पर गलबात कर रहा सी ते गल करते करते माता दे स्वर्गवास होने की गल उन्होंने अपने विचार शेयर किए। वो कहते संगत जी कहते माता कदे मरती नहीं जिहड़ी माता माता अमर है वो हमेशा जीती रहती है क्योंकि असी सारे सुनते हैं कि जदों बच्चे का जन्म होंदा ते माता का भी दोबारा नवा जन्म होंदा ये असी सारे सुनते हैं ते माता माता को माता का दर्जा ही उदों मिलता है जदों उहदा दोबारा जन्म होंदा। सो इस करके वो माता का आशीर्वाद हमेशा परिवार के नाल है अपने बच्चों के नाल है। उर्दू के बहुत वड्डे शायर हुए हैं जनाब मुनव्वर राणा साहब उन्होंने लिखा है कि जब भी कश्ती मेरी सैलाब में आ जाती है जब भी कश्ती मेरी सैलाब में आ जाती है माँ दुआ करती हुई ख्वाब में आ जाती है। सो माँ राजेंद्र पेरी जी जो MLA हैं जलंधर सेंट्रल तो और वो परिवार नाल हमदर्दी प्रकट करने वास्ते संवेदना प्रकट करने वास्ते संगत विच पहुँचे हैं उन्हां दा भी धन्यवाद है। तो मैं हुण हाँ जी ठीक है साढ़े अज दे शोक समागम विच श्री राजकुमार जी काशी नगर तो श्री ज्ञान चंद जी श्री प्रभदयाल जी कोटसदीप और श्री गुरविंदर सिंह खीरा जी मॉडल हाउस सरदार मखण सिंह जी कोटसदीप मासूम सुखदेव सिंह जी ढिलों प्रिंसीपल देवराज जी मैडम अमनजीत कौर मेजर एक्स कौंसलर श्रीमती अरुणा अरोड़ा कौंसलर श्री पवन शर्मा जी ब्लॉक प्रेजिडेंट श्री अमर संगण ग्रीन एवन्यू श्री गुरप्रीत लक्की ईश्वर नगर श्री बचन लाल कौंसलर पार्को कैंप श्री कुलदीप मिंटू कौंसलर आप सारिया का बहुत बहुत धन्यवाद है। बहुत सारे नाम रह गए होंगे मैं उन्होंने पासों खिमा का याचक हाँ तो हूँ मेरी बहुत ही निम्रता सहित बेनती है श्री राजेंद्र बेरी जी उन्हों का भी इस परिवार नाल बहुत प्यार है निका संबंध है वो माता जी को श्रद्धांजलि स्वरूप दो शब्द कहे श्री राजेंद्र बेरी जी MLA साहब। परम सत्कारयोग गुरु महाराज जी की हजूरी में बैठी हुई खास संगत जी अज सारे असी माता सत्या देवी जी दे अंतिम शोक सभा दे विच इकट्ठे होए हैं। हर प्राणी हर इंसान जो इस दुनिया दे विच जन्म लैंदा है उस प्राणी नूं उस इंसान नूं एक आपकी मौत एक ना एक दिन किसी ना किसी बहाने दे नाल इस दुनिया को लै जांदी है। लेकिन जिहड़ा प्राणी इस समाज दे विच चंगे काम करता है उस प्राणी को यह समाज हमेशा ही याद रखता है। जिंदगी दे विच माँ का प्यार एक अटूट प्यार होता है वो माँ जिन्हें सानू जन्म दिता बचपन दे विच लाडा प्यार चावों के नाल अपनी गोद दे विच पढ़ाया लिखाया और जवानी तक लै के आता और जदों माँ का साया चले जाते तो इस तो और दुखदाई घटना जिंदगी दे विच कोई नहीं घटती। लेकिन परमात्मा का भाणा सानू सारिआं नूं मनना ही पैंदा तेरा भाणा मीठा लावे इस परमात्मा के भाणे के अगे किसी का जोर नहीं चलता। सो सानू परमात्मा का भाणा मनना ही पैंदा इस परिवार ने इन्हां दे बेटे बेटियां लोकां ने
माता जी की बहुत सेवा की है। अज के युग के बहुत घट है, उसके परिवार है यहोजे बेटे बेटिया है जो अपने माँ बाप की सेवा करते हैं। जिंदगी दे जेडे बच्चे अपने माँ बाप की सेवा करते हैं वो हमेशा ही सफल रहते हैं। सो अज जिते उन्होंने जान के नाम परिवार को बड़ी वीड्डी घाट हुई है, समाज में भी बड़ी वीड्डी घाट हुई है। साढ़े भैन सुरिंदर कौर जी जेडे सीनियर डिप्टी मेयर ने उन्होंने भी बड़े नज़दीकी रिश्तेदार से। मैडम सुरिंदर कौर हो साड़ी पार्टी के प्रति साडे समाज के प्रति जो उन्होंने सेवावान है हमेशा ही कांग्रेस पार्टी के याद की जाए और जिते भी कितने पार्टी की लोड़ पई है मैडम सुरिंदर कौर वरी साडे सारे पार्टी वजो मोटे के नाल मोटा ला के चलते हैं। तो मेरी उस परमपिता परमात्मा की यही अरदास है कि उस विछड़ी आत्मा को अपने चरणों के जगह देन और पिछे परिवार को भाणा वर्तन का बात जो बोले सो निर्वै गुरु रविदास महाराज की जय। बहुत बहुत धन्यवाद श्री ललित बेरी जी एम एल ए साहब वो श्रद्धांजलि भेंट कर रहे सन, उन्हों का बहुत बहुत धन्यवाद है। माता राधा बेई जी चिंतपुर्णी मंदिर के संचालक वो भी इस परिवार नाल संवेदना प्रकट करने वास्ते आए हैं, उन्होंने भी बहुत बहुत धन्यवाद है। और मैं साढ़े को बहुत सारे बुलारे हैं जो संगत में विराजमान हैं उन्होंने पासों मैं खीमा याचना कराँगा। तो मेरी बहुत ही निम्रता सहित बेनती है साढ़े बहुत ही सत्कारयोग सेठ साहब मान जी जो श्री गुरु रविदास एजुकेशनल ट्रस्ट के प्रेजिडेंट रहे हैं और उन्होंने साढ़े समाज में एक विशेष स्थान है और उन्होंने बेनती है परिवार के वो बहुत गरीब हैं वो चार शब्द अज के इस शोक समागम बारे कह के और माता जी को श्रद्धांजलि भेंट करके सेठ साहब परमान जी। जुगो जुग डर सहबे कमाल सतगुरु दास महाराज जी की अमृत बाणी की मिठी गोद दे विच विराजमान गुरु बिसा संघ जीओ जय गुरुदेव धन गुरुदेव। असी सारे ही अज उस पिछड़ी हुई आत्मा नू श्रद्धा दे गुर अर्पण करने वास्ते एकत्र होए। बीबी सत्या देवी जी परिवार दे विच सब तो बड़े सन, उन्होंने अपने परिवार को बच्चों रखना ही सी उत्थे बाकी सारे परिवार को भी इकट्ठ भी रखा हुआ। ये परिवार बक बक गारे ने अपने प्रवचन ने दसिया जिस तरह ये परिवार सन 47 तो बाद परिवार दे विच ये जलंधर दे विच पहला भी कारोबार सी 47 तो बाद चंद अक्सेटिया नंबर मिले सी उन्होंने विच इन्हों का नाम सी मेंगा राम नारायण दास। उस तो उपरंत होन दे विच आए साडे वड्डे भी मेंगा राम जी उन्होंने नाल साढ़े बहुत ही सत्कार जो बिछड़े हुए चौई राम आसा उन्होंने समाज सेवा दे विच पूरा अपना योगदान पाया। ये परिवार शुरू तो ही समाज सेवा से जुड़िया गया। मेरे तो बड़े भी सिंह ठाकरदास जी सुमन जो बतौर प्रधान शिवदास एजुकेशन चैरिटेबल ट्रस्ट इस सेवा आ रहे हैं उन्होंने भी समाज सेवा के बड़ा योगदान रहा। जिथे चौई राम मंदिर तो बाद साड़ी बहुत ही सत्कार जो बीबी सुंदर कौर जी जो लगातार रामा सिंह तो बाद कौंसल चेयर आ रहे हैं जिन्होंने अच
ਬਣਨਾ ਤਾਂ ਮੇਰ ਸੀ, ਲੇਕਿਨ ਕੁਛ ਗੱਲਾਂ ਕਰਕੇ ਉਹ ਰਹਿ ਗਿਆ। ਉਹ ਸਾਡੇ ਸ਼ਹਿਰ ਦੇ ਅੱਜ ਸੀਨੀਅਰ ਡਿਪਟੀ ਮੇਅਰ ਵਜੋਂ ਸ਼ਹਿਰ ਦੀ ਸੇਵਾ ਕਰ ਰਹੇ। ਮੈਂ ਆਪਣੀ ਵੱਲੋਂ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਬੀਬੀ ਸਤਿਆ ਦੇਵੀ ਜੀ ਦੇ ਚਰਨਾਂ ਦੇ ਵਿੱਚ ਸ਼ਰਧਾ ਪੂਰਨ ਅਰਪਣ ਕਰਦਾ ਹੋਇਆ ਗੁਰੂ ਮਹਾਰਾਜ ਚਰਨਾਂ ਵਿੱਚ ਬੈਠ ਕੇ ਅਰਦਾਸ ਕਰਦਾ ਹਾਂ ਕਿ ਗੁਰੂ ਮਹਾਰਾਜ ਤੂੰ ਆਪਣੇ ਚਰਨਾਂ ਵਿੱਚ ਥਾਂ ਦੇ ਅਤੇ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਇਹ ਪਾਣੀ ਦਾ ਫਲ ਬਖਸ਼। ਜੈ ਗੁਰੂ ਜੀ, ਧੰਨਵਾਦ ਜੀ। ਧੰਨਵਾਦ ਜੀ। ਸਵਰਗੀ ਸ਼੍ਰੀਮਤੀ ਸਤਿਆ ਦੇਵੀ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ। ਸ਼ੇਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਜਿਸ ਤਰ੍ਹਾਂ ਅਸੀਂ ਸ਼ੁਰੂ ਤੋਂ ਇੱਥੇ ਜਿੰਨੇ ਬੁਲਾਰਿਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ, ਸਾਰਿਆਂ ਨੇ ਇਸ ਪਰਿਵਾਰ ਬਾਰੇ ਦੱਸਿਆ ਹੈ। ਇਸ ਪਰਿਵਾਰ ਦਾ ਸਮਾਜਿਕ, ਧਾਰਮਿਕ, ਰਾਜਨੀਤਿਕ ਖੇਤਰ ਵਿੱਚ ਬਹੁਤ ਵੱਡਾ ਸਥਾਨ ਹੈ ਔਰ ਮਿਲਵਰਤਨ ਹੈ, ਆਪਸੀ ਪਿਆਰ ਹੈ, ਭਾਈਚਾਰਕ ਸਮਾਜ ਹੈ ਬਹੁਤ ਵੱਡੀ, ਔਰ ਉਸਦੇ ਕਾਰਨ ਬਹੁਤ ਸਾਰੀ ਸੰਗਤ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਤੋਂ ਇੱਥੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ, ਪਰਿਵਾਰ ਨਾਲ ਹਮਦਰਦੀ ਭੇਟ ਪ੍ਰਗਟ ਕਰਨ ਵਾਸਤੇ ਇੱਥੇ ਆਏ ਸਨ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਔਰ ਹੁਣ ਅਰਦਾਸ ਹੋਵੇਗੀ ਔਰ ਉਸ ਤੋਂ ਬਾਅਦ ਅਸੀਂ ਸਾਰੇ ਸਬਨ ਕੋ ਅੰਨ ਛੋਟ ਬੜੇ ਸਭ ਸਮ ਵਸੇ ਰਵਦਾਸ ਰਹੇ ਪਰਸੰਨ ਪ੍ਰੇਮ ਪੰਥ ਕੀ ਪਾਲਕੀ ਰਵਿਦਾਸ ਬੈਠੇ ਹੋ ਆਏ ਸਾਚੇ ਸਵਾਮੀ ਮਿਲਨ ਕੋ ਆਨੰਦ ਕਹਿਓ ਨਾ ਜਾਏ ਸਾਚੇ ਸਵਾਮੀ ਮਿਲਨ ਕੋ ਆਨੰਦ ਕਹਿਓ ਨਾ ਜਾਏ ਸ੍ਰੀ ਰਾਮ ਭੋਗੀ ਮੋਗੀ ਮੋਗੀ ਭੋਗੀ ਅੰਦਰ ਕੈਸਾ ਕੰਚ ਕਟਕ ਜਲ ਸੰਗ ਜੈਸਾ ਜਾਓ ਪੈ ਹਮ ਨਾ ਪਾਪ ਕਰਤਾ ਹਰੇ ਅੰਤਾ ਮਾਤਾ ਜੀ, ਉਹਨਾਂ ਦੇ ਬੇਟੇ ਪਰਿਵਾਰ, ਉਹਨਾਂ ਦੇ ਸਰਕਾਰੀ ਪਿਤਾ ਜੀ ਮਾਸਟਰ ਕਰਮ ਰਾਮ ਜੀ ਪਿੰਡ ਪਤਾਰਾ ਤੋਂ, ਔਰ ਉਹਨਾਂ ਦੇ ਭਾਈ ਸਾਹਿਬ ਸ਼੍ਰੀ ਵਰਿੰਦਰ ਸਿੰਘ ਜੀ ਜੱਜ ਸਾਹਿਬ, ਉਹ ਵੀ ਆਏ ਹੋਏ ਸਨ। ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਅੱਗੇ ਆ ਜਾਣ ਬਕਰੀ ਦੀ ਰਸਮ ਵਾਸਤੇ।
और प्रसाद ग्रहण करने के बाद सारी संतान ने गुरु के लंगर के आत्मा गुरु के लंगर छाके जाना है। बहुत बहुत धन्यवाद जी। जय गुरुदेव। लगे जो कोई आया जा सकता।